ਮੈਂ ਮੰਤ ਨਹੀਂ ਹੈਗਾ ਜੀ, ਮੈਂ ਮੁੰਡਾ ਜੀ। ਮੰਤ ਨਹੀਂ, ਪੁਲਿਸ ਵਾਲੇ ਤੇ ਹਮਲਾ ਕਰਦੇ, ਇਹੋ ਜਿਹੇ ਮੁੰਡੇ ਕਰਦੇ ਨੇ। ਹੱਥ ਚੁੱਕਦੇ 500 ਲਿਆ, ਕਿਸੇ 100 ਲਿਆ, ਕਿਸੇ 21 ਲਿਆ, ਜਿੰਨੇ ਮਰਜ਼ੀ ਲਿਆ ਆਪਣੇ। ਇਹ ਮੁੰਡੇ ਕੁੜੀਆਂ ਵਾਲੇ ਕੱਪੜੇ ਪਾ ਕੇ ਨਹੀਂ ਮੰਗ ਸਕਦਾ ਜੀ, ਇਹਦਾ ਕੋਈ ਹੱਕ ਨਹੀਂ, ਮੁੰਡਿਆਂ ਦਾ ਕੋਈ ਹੱਕ ਨਹੀਂ, ਹੀਜੜਿਆਂ ਦਾ ਹੱਕ ਆ ਜੀ। ਮੈਨੂੰ ਵੀ ਬਣਾ ਲਈ ਜਰਾ, ਮੈਂ ਖੁਸ਼ੀ ਦੇ ਸਮਾਗਮਾਂ ਅਤੇ ਦੀਵਾਲੀ ਦੇ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਕਿੰਨਰਾਂ ਦੇ ਵੱਲੋਂ ਹਰ ਦੁਕਾਨ ਤੇ ਵਧਾਈ ਲਈ ਜਾਂਦੀ ਹੈ ਅਤੇ ਮੋਟੇ ਪੈਸੇ ਇਕੱਠੇ ਕੀਤੇ ਜਾਂਦੇ ਨੇ। ਕਿੰਨਰਾਂ ਦੀ ਮੋਟੀ ਕਮਾਈ ਨੂੰ ਵੇਖਦਿਆਂ ਹੁਣ ਕਿੰਨਰਾਂ ਦੇ ਭੇਸ ਦੇ ਵਿੱਚ ਮੁੰਡਿਆਂ ਨੇ ਵੀ ਵਧਾਈ ਮੰਗਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੀ ਇੱਕ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਹੈ ਨਾਭਾ ਵਿਖੇ, ਜਿੱਥੇ ਕਿੰਨਰਾਂ ਨੇ 18 ਸਾਲਾਂ ਦੇ ਇੱਕ ਫਿਰੋਜ਼ ਨਾਮ ਦੇ ਲੜਕੇ ਨੂੰ ਕਾਬੂ ਕੀਤਾ ਹੈ, ਜੋ ਕਿ ਕਿੰਨਰਾਂ ਦੇ ਭੇਸ ਦੇ ਵਿੱਚ ਬਾਜ਼ਾਰ ਦੇ ਵਿੱਚ ਵਧਾਈ ਮੰਗ ਰਿਹਾ ਸੀ। ਕਿੰਨਰਾਂ ਨੇ ਇਸ ਲੜਕੇ ਨੂੰ ਭਰੇ ਬਾਜ਼ਾਰ ਦੇ ਵਿੱਚ ਅਲਫ ਨੰਗਾ ਕੀਤਾ, ਜਿਸ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕ ਵੀ ਹੈਰਾਨ ਰਹਿ ਗਏ। ਇਹ ਡਰਾਮਾ ਕਾਫੀ ਦੇਰ ਰਾਤ ਤੱਕ ਚੱਲਿਆ। ਆਖਿਰਕਾਰ ਕਿੰਨਰ ਦੇ ਭੇਸ ਵਿੱਚ ਬਣੇ ਫਿਰੋਜ਼ ਨੇ ਕਿੰਨਰਾਂ ਤੋਂ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ ਅਤੇ ਬਾਅਦ ਦੇ ਵਿੱਚ ਕਿੰਨਰਾਂ ਨੇ ਇਸ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਤੇ ਕਿੰਨਰ ਦੇ ਭੇਸ ਦੇ ਵਿੱਚ 18 ਸਾਲਾਂ ਦੇ ਫਿਰੋਜ਼ ਨੇ ਦੱਸਿਆ ਕਿ ਉਹ ਨਚਾਰ ਦਾ ਕੰਮ ਕਰਦਾ ਹੈ ਅਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਉਸਨੇ ਬਾਜ਼ਾਰਾਂ ਦੇ ਵਿੱਚ ਜਾ ਕੇ ਵਧਾਈ ਮੰਗਣ ਦਾ ਕੰਮ ਸ਼ੁਰੂ ਕੀਤਾ। ਫਿਰੋਜ਼ ਨੇ ਕਿਹਾ ਕਿ ਆਪਣੇ ਇਸ ਕੰਮ ਦੇ ਲਈ ਕਿੰਨਰਾਂ ਤੋਂ ਮਾਫੀ ਮੰਗਦਾ ਹੈ। ਪਹਿਲਾਂ ਨਚਾਰ ਬਾਜੇ 'ਚ ਨੱਚਦੇ ਹੁੰਦੇ ਤੇ, ਫਿਰ ਮੈਂ ਨਾਭੇ ਆ ਗਏ ਸਿੰਮੀ ਮਾਈ ਕੋਲੇ ਕੋਲੇ ਆ ਗਏ ਜੀ, ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਸੀ ਵੀ ਵਧਾਈਆਂ ਵਧੂਈਆਂ ਲੈਂਦੇ ਵੀ ਚੋਰੀ ਉਹ ਖਟਕੱਲਾ ਚੱਲਦਾ ਜੀ, ਮੈਨੂੰ ਪਤਾ ਨਹੀਂ ਸੀ ਜੀ। ਇਸ ਤੋਂ ਬਾਅਦ ਮੈਂ ਨਾਲ ਜਾਂਦੇ ਹੁੰਦੇ ਸੀ ਵਧਾਈਆਂ 'ਤੇ ਜੀ, ਅਤੇ ਉਸ ਤੋਂ ਬਾਅਦ ਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਵਧਾਈਆਂ ਜਾਂਦੇ? ਮੈਨੂੰ ਜੀ ਹੋ ਗਏ 10 ਕੁ ਦਿਨ ਹੋ ਗਏ ਜੀ। ਅੱਛਾ, ਹਾਂਜੀ, ਹਾਂਜੀ ਹਾਂਜੀ, ਦੀਵਾਲੀ ਕਰਕੇ ਜੀ, ਹਾਂਜੀ ਹਾਂਜੀ। ਤੁਸੀਂ ਹੈਗੇ ਤਾਂ ਮੁੰਡੇ? ਹਾਂਜੀ ਮੈਂ ਮੁੰਡਾ ਪੂਰਾ ਜੀ। ਕੁੜੀਆਂ ਇੱਕ ਜੀ, ਕੁੜੀਆਂ ਵਰਗਾ ਜੀ, ਮੈਨੂੰ ਐ ਨੀ ਪਤਾ ਜੀ ਮੁੰਡਾ ਕੀ ਆ ਜੀ, ਮੈਨੇ ਦੇਖਿਆ ਨੀ ਹੈਗਾ। ਤਨਵੀਰ ਇੱਕ ਜੀ, ਤਨਵੀਰ ਆ ਜੀ, ਹਾਂਜੀ ਮੈਂ ਜੀ ਬੜੀ ਬਿੰਜੋਗੇ ਦਾ ਬੱਚਾ ਜੀ, ਬੜੀ ਬਿੰਜੋਗੇ ਦਾ ਬੱਚਾ, ਮੈਨੂੰ ਮਾਰ ਦਿਓ ਜੀ ਕਿਤੇ ਵੀ ਨਹੀਂ, ਜੇ ਕਿਤੇ ਵੀ ਦਿਖੂ ਬਸ ਚਾਹੇ ਮੈਨੂੰ ਮਾਰ ਦਿਓ ਜੀ, ਇੱਕ ਵਾਰੀ ਮੈਨੂੰ ਮੰਤ ਮਾਫ ਕਰ, ਜੋ ਮੈਂ ਆਪਣਾ ਲਿੰਕ ਕਰਵਾਵਾਂ ਵੀ ਆਪ ਮਾਫ। ਦੂਜੇ ਪਾਸੇ ਦੱਸ ਦਈਏ ਕਿ ਇਸ ਮੌਕੇ ਤੇ ਵੱਖ ਵੱਖ ਕਿੰਨਰਾਂ ਦਾ ਵੀ ਇਹੀ ਕਹਿਣਾ ਸੀ ਕਿ ਵਧਾਈ ਲੈਣ ਦਾ ਕੰਮ ਕਿੰਨਰਾਂ ਦਾ ਹੈ, ਜਿਸ ਦੇ ਚੱਲਦੇ ਮੁੰਡੇ ਅਜਿਹੇ ਕਾਰਨਾਮੇ ਨਾ ਕਰਨ। ਕਿੰਨਰਾਂ ਨੇ ਇਸ ਮੌਕੇ ਤੇ ਪੁਲਿਸ ਤੋਂ ਅਜਿਹੇ ਲੜਕਿਆਂ ਦੇ ਉੱਤੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਗੱਲ ਇਹ ਜੇਲ੍ਹ 'ਚ ਕਰੇ ਜਾਣ ਜੇ ਮੁੰਡੇ ਜਿਹੜੇ ਇਵੇਂ ਕੰਮ ਕਰਦੇ ਨੇ, ਪਟਿਆਲੇ 'ਚ ਫੜੇ ਗਏ ਨਾ, ਕਿੰਨੇ ਪਟਿਆਲੇ 'ਚ ਫੜੇ ਗਏ? 6-7 ਇਵੇਂ ਮੁੰਡੇ ਸੀਗੇ, ਗੌਰਮੈਂਟ ਅਤੇ ਪੁਲਿਸ ਵਾਲੇ 'ਤੇ ਹਮਲਾ ਕਰ ਰਹੇ ਸੀ, ਇਹਨਾਂ ਵਰਗੇ ਮੁੰਡੇ ਮੰਤ ਨਹੀਂ ਪੁਲਿਸ ਵਾਲੇ 'ਤੇ ਹਮਲਾ ਕਰਦੇ, ਇਹੋ ਜਿਹੇ ਮੁੰਡੇ ਕਰਦੇ ਨੇ, ਹੱਥ ਚੁੱਕਦੇ ਮੰਤ ਨਹੀਂ ਕਿਸੇ ਦੇ ਹੱਥ ਚੱਕਿਆ ਕਰਦੇ, ਠੀਕ ਹੈ ਨਾ? ਇਹੋ ਜਿਹੇ ਮੁੰਡੇ ਚੱਕਦੇ ਨੇ ਹੱਥ, ਪਿੱਛੇ ਤੇ ਕਿਸੇ ਚੈਨ ਤੋੜੀਏ, ਕਿਸੇ ਦੇ ਮੁੰਦੇ ਲਾਈਏ, ਕਿਸੇ ਦੇ ਚੱਬਦਾ ਪੈਸੇ ਲਈਏ, ਸਾਡਾ ਕੱਲ੍ਹ ਸਾਰੇ ਬਾਜ਼ਾਰ ਮੰਗ ਕੇ ਲੈ ਗਏ। ਅਸੀਂ ਫਿਰ ਰਹੇ ਸੀ ਰਾਮਲੀਲਾ ਵਾਲੇ ਨਾਲ, ਅਤੇ ਸਾਰੇ ਬਾਜ਼ਾਰ ਸਾਡਾ ਮੰਗ ਕੇ ਲੈ ਗਿਆ ਕਿ ਸਿੰਮੀ ਸਿੰਮੀ ਹੈ ਅਕਬਰ, ਉਹ ਇੱਥੋਂ ਦਾ ਹੈ ਪਟਿਆਲੇ ਦਾ ਮੁੰਡਾ, ਮੁੰਡਾ ਪੰਕਜ ਕੁਮਾਰ ਉਰਫ ਪੰਕਜ ਕੁਮਾਰ ਸਿੰਮੀ ਬਣਿਆ ਫਿਰਦਾ, ਉਹ ਵੀ ਇੱਥੋਂ ਦਾ ਮੁੰਡਾ ਧਾਨਕੀਆਂ ਦਾ, ਇੱਕ ਬੱਚੇ ਦਾ ਬਾਪ, ਇੱਕ ਕੁੜੀ ਉਹਦੀ ਜਨਾਨੀ ਬਹੁਤ ਰੋਂਦੀ ਹੈ, ਠੀਕ ਹੈ? ਉਹ ਵੀ ਗਲਤ ਕੰਮ ਇਸ ਤੋਂ ਕਰਵਾ ਰਿਹਾ, ਸੁਨਾਮ ਵਿਆਹਿਆ ਉਹ, ਇਹਨਾਂ ਤੋਂ ਗਲਤ ਕੰਮ ਕਰਵਾਉਂਦਾ ਉਹ। ਹਾਂਜੀ ਅਸੀਂ ਇਹ ਮੰਗ ਕਰਦੇ ਹਾਂ ਨਕਲੀ ਵੀ ਨਕਲੀ ਖੁਸਰੇ ਫੜੇ ਜਾਣ, ਵੀ ਨਕਲੀ ਇਹ ਮੁੰਡ ਕੁੜੀਆਂ ਵਾਲੇ ਕੱਪੜੇ ਪਾ ਕੇ ਨਹੀਂ ਮੰਗ ਸਕਦਾ ਜੀ, ਇਹਦਾ ਕੋਈ ਹੱਕ ਨਹੀਂ, ਮੁੰਡਿਆਂ ਦਾ ਕੋਈ ਹੱਕ ਨਹੀਂ, ਹੀਜੜਿਆਂ ਦਾ ਹੱਕ ਆ ਜੀ। ਹੱਥ ਬੰਨ ਕੇ ਕਹਿੰਦੇ ਹਾਂ, ਅਪੀਲ ਕਰਨੀ ਅਸਾਂ ਸਰਕਾਰ ਮੂਹਰੇ ਵੀ ਐਵੇਂ ਜੇ ਮੁੰਡਿਆਂ ਨੂੰ ਫੜਿਆ ਜਾਵੇ, ਜਿਹੜੇ ਸਟੇਸ਼ਨਾਂ ਤੇ ਸਾਰੇ ਪਾਸੇ ਕੋਲ ਨਹੀਂ ਮੇਰੇ ਕੋਲ ਫੜਿਆ ਜਾਵੇ ਜੀ। ਹੈ ਜੀ ਸ਼ਹਿਰ ਦੇ ਵਿੱਚ ਤਿਉਹਾਰਾਂ ਦਾ ਦੌਰ ਚੱਲ ਰਿਹਾ, ਜਿਹਦੇ 'ਚ ਵੀ ਇਹ ਆਪਣੇ ਮਹੰਤ ਜਿਹੜੇ ਨਾਭੇ ਦੇ ਨੇ ਰੇਸ਼ਮਾ ਮਹੰਤ ਜੀ,
ਇਹਨਾਂ ਨੂੰ ਬੁੱਢੀ ਮਹੰਤ ਵੱਲੋਂ ਪਾਵਰ ਮਿਲੀ ਹੋਈ ਹੈ, ਗੱਦੀ ਮਿਲੀ ਹੋਈ ਹੈ। ਇਹ ਆਪਣਾ ਸ਼ਹਿਰ ਦੇ ਵਿੱਚ ਮੰਗਦੇ ਨੇ ਆਪਣੀ ਰੋਜ਼ੀ ਰੋਟੀ ਦਾ, ਜਿਵੇਂ ਵੀ ਜੋ ਸਾਧਨ ਆ ਉਹ ਆਪਣਾ ਚਲਾਉਂਦੇ ਨੇ। ਅਤੇ ਜੋ ਕੁਛ ਇਹ ਅਣਪਛਾਤੇ ਜਿਹੜੇ ਨਕਲੀ ਬਣੇ ਹੋਏ ਨੇ, ਇਹਨਾਂ ਨੇ ਗੰਦ ਪਾਇਆ ਪਿਆ ਬਹੁਤ ਏਰੀਏ 'ਚ, ਅਤੇ ਇਹ ਆਪਣਾ ਗਲਤ ਕੱਪੜੇ ਪਾ ਕੇ ਗਲਤ ਇਹਨਾਂ ਦਾ ਅੰਤਰਾਂ ਦਾ ਕੰਮ ਕਰਕੇ ਮੰਗਦੇ ਨੇ ਅਤੇ ਨਜਾਇਜ਼ ਕੰਮ ਕਰਦੇ ਨੇ ਬਹੁਤ, ਅਤੇ ਇਹਨਾਂ ਨੂੰ ਬਦਨਾਮ ਕਰਦੇ ਨੇ, ਫਿਰ ਇਹਨਾਂ ਦੀਆਂ ਲੜਾਈਆਂ ਕਰਵਾਉਂਦੇ ਨੇ ਆਪਸ 'ਚ। ਅਤੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਵਧੀਆ ਇਹ ਜੇ ਇੱਕ ਦੋ ਬੰਦੇ ਜੇ ਫੜੇ ਜਾਣ ਤਾਂ ਇਹਨਾਂ ਤੋਂ ਪਤਾ ਲੱਗੇ ਵੀ ਭੇਦ ਖੁੱਲ੍ਹੇ, ਵੀ ਇਹਨਾਂ ਦੇ ਪਿੱਛੇ ਕੌਣ ਹੈ ਜਾਂ ਕਿਹੜਾ ਇਹੋ ਜਿਹਾ ਇਹਨਾਂ ਦੇ ਗਲਤ ਕੰਮ ਕਰਵਾਉਂਦਾ ਗਲਤ ਇਰਾਦਿਆਂ ਤੋਂ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ TVNRI ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।